ਮੱਕੀ ਦੀ ਰੋਟੀ ਉੱਤੇ ਸਾਗ ਕਰਾਂਗੇ, ਲੈਲਾ ਲੰਬਰਦਾਰੀ ਆਪਾਂ ਰਾਜੀ ਕਰਾਂਗੇ। ਆਓ ਵੀ ਇੱਧਰ ਮੇਰੇ ਵੀਰੇ, ਚਟਨੀ ਤਿਆਰ ਹੋ ਰਹੀ ਆ ਤੇ ਇੱਧਰ ਸਾਗ ਜੇ ਤੇ ਇੱਧਰ ਮੱਕੀ ਦੀ ਰੋਟੀ ਤੇ ਕਹਿੰਦੇ ਸਿਰਾ ਹੋ ਜਾਣਾ ਅੱਜ। ਇੱਧਰ ਮੱਕੀ ਦੀ ਰੋਟੀ ਹੋਵੇ, ਨਾਲ ਹੋਵੇ ਸਾਗ, ਨਾਲ ਹੋਵੇ ਦਹੀਂ, ਨਾਲ ਹੋਵੇ ਸ਼ੱਕਰ ਤੇ ਨਾਲ ਹੋਵੇ ਚਟਨੀ ਤੇ ਕਹਿੰਦੇ ਸਿਰਾ ਫਿਰ ਕਿਉਂ ਨਾ ਹੋਵੇ। ਮੱਕੀ ਦੀ ਰੋਟੀ ਹੋਵੇ, ਵਾਹ ਜੀ ਵਾਹ, ਛੋਲਿਆਂ ਦਾ ਸਾਗ ਹੋਵੇ, ਹਾਂ ਲੱਸੀ ਦਾ ਛੰਨਾ ਹੋਵੇ, ਮੱਖਣ ਦਾ ਲਾਗ ਹੋਵੇ, ਵਾਹ ਜੀ ਵਾਹ। ਯਾਰ ਆਏ ਪਾ ਆ ਬੇਬੇ, ਕਿੰਨੇ ਸਾਲ ਹੋ ਗਏ ਇਹਨੂੰ ਆਪਣੇ ਘਰੇ? ਇਹ ਜਿਉਂ ਮੈਂ ਵਿਆਹੀ ਆਈ ਉਦੋਂ ਦਾ ਹੀ ਆ, ਜਿਉਂ ਮੈਂ ਵੱਖਰੀ ਹੋਈ ਆ। ਹਾਂਜੀ ਸੋ ਮਿੱਤਰੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਮਿੱਤਰੋ, ਸਵਾਗਤ ਹੈ ਜੀ ਤੁਹਾਡਾ ਆਪਣੇ ਨਿਊ ਵਲੌਗ ਵਿੱਚ, ਤੁਹਾਡਾ ਤੁਹਾਡੇ ਆਪਣੇ ਚੈਨਲ ਜਿਸ ਦਾ ਨਾਮ ਹਰਮਨ ਖੋਸਾ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਅੱਜ ਘਰੇ ਘੈਂਟ ਚੀਜ਼ ਬਣ ਲੱਗੀ ਆ, ਵੱਖਰੀ ਜਿਹੀ ਚੀਜ਼ ਬਣ ਲੱਗੀ ਆ। ਤੇ ਪਰ ਦੱਸਣੀ ਨਹੀਂ ਗੀ? ਨਹੀਂ ਨਹੀਂ ਦੱਸਣੀ ਆ, ਦੱਸਣੀ ਕਿਉਂ ਨਹੀਂ। ਅੱਜ ਬਣ ਲੱਗਾ ਜੀ ਸਾਗ, ਸਰੋਂ ਦਾ ਸਾਗ ਤੇ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਕਿ ਸਰੋਂ ਦਾ ਸਾਗ। ਤੇ ਅੱਜ ਬੇਬੇ ਕਿਹੜਾ ਸਾਗ ਬਣਨਾ ਇਹ ਦੱਸੋ। ਅੱਜ ਵੇਲਾਂ ਦਾ ਸਾਗ ਹੈ ਤੇ ਪਾਲਕ ਤੇ ਵੇਲਾਂ ਦਾ ਤੇ ਚੜਾਈ ਦਾ ਸਾਗ ਹੈ। ਚੜਾਈ ਦਾ ਸਾਗ ਘੈਂਟ ਚੀਜ਼ ਬਣ ਲੱਗੀ ਆ, ਵੱਖਰੀ। ਤੇ ਜਿਹੜੇ ਵੀ ਆਪਣੇ ਵੀਰ ਭੈਣ ਭਰਾ ਸਾਗ ਖਾਣ ਦੇ ਸ਼ੌਕੀਨ ਜੇ, ਤੁਸੀਂ ਵੀ ਇੱਕ ਵਾਰੀ ਇਹ ਰੈਸਪੀ ਜ਼ਰੂਰ ਬਣਾਇਓ। ਤੇ ਅੱਗੇ ਇਕੱਲੀ ਇਕੱਲੀ ਚੀਜ਼ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿੱਦਾਂ ਬਣਨਾ, ਕਿਹੜੀ ਕਿਹੜੀ ਚੀਜ਼ ਵਿੱਚ ਪੈਣੀ ਆ। ਤੇ ਵਲੌਗ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸਟਾਰਟ ਹੋਣ ਤੋਂ ਪਹਿਲਾਂ ਹੀ, ਤੇ ਵਾਧੂ ਸਾਰੇ ਕਮੈਂਟ ਕਰ ਦਿਆ ਕਰੋ। ਮਸ਼ੀਨਾਂ ਨਾਲ ਚੀਰਨਾ, ਹੱਥਾਂ ਦੇ ਨਾਲ ਚੀਰਦੇ ਹੁੰਦੇ ਦਾਤ ਨਾਲ। ਹਾਂ ਦਾਤ ਦੂਤ ਲੈਂਦਾ ਮਮਾ। ਲਓ ਜੀ ਆ ਜੇ ਸ਼ਾਬਾ ਸ਼ਾਬੇ ਚ ਇਹਦੇ ਨਾਲ ਚੀਰ ਦਿੰਨੇ ਆ। ਬੇਬੇ ਕਿੰਨੇ ਸਾਲ ਹੋ ਗਏ ਇਹਨੂੰ ਆਪਣੇ ਘਰੇ? ਇਹ ਜਿਉਂ ਮੈਂ ਵਿਆਹੀ ਆਈ ਉਦੋਂ ਦਾ ਹੀ ਆ, ਜਿਉਂ ਮੈਂ ਵੱਖਰੀ ਹੋਈ ਆ। ਇਹ ਕਿਤੇ ਦਾਜ ਤਾਂ ਨਹੀਂ ਮਿਲਿਆ? ਦਾਜ ਤਾਂ ਨਹੀਂ, ਮੈਂ ਆਪ ਜੀਰਿਓਂ ਜਾ ਕੇ ਲਿਆਈ ਸੀ। ਓ ਮਾਈ ਗੋਡ, ਬੜਾ ਸਰਪੰਚਾਂ ਦਾ ਆ ਜਾਂਦਾ, ਹੁਣ ਨਹੀਂ ਆਉਂਦਾ। ਬੜਾ ਪੁਰਾਣਾ, ਨਾਲੇ ਉਦੋਂ ਦਾ ਇਹਨੂੰ ਕੁਝ ਹੋਇਆ ਵੀ ਨਹੀਂ। ਇਹਨੂੰ ਕੀ ਹੋਣਾ ਸੀਗਾ, ਇਹਨੂੰ ਕਿਹੜਾ ਤਾਰ ਚੜਨਾ ਸੀਗਾ, ਪਤੀਲੀ ਚ ਸਾਗ ਬਣਾਉਣਾ। ਆ ਸਾਗ ਦਿਖਾ ਦੋ ਇੱਕ ਵਾਰੀ ਸਾਰਿਆਂ ਨੂੰ, ਇਹਦੇ ਢੇਰੀ ਕਰਨਾ। ਲਓ ਵੀ ਘੈਂਟ ਚੀਜ਼ ਬਣ ਲੱਗੀ ਜੇ ਮਿੱਤਰੋ, ਸਾਗ ਧੋ ਕੇ ਘੱਲਿਆ। ਇਹ ਆਇਆ ਕਿੱਥੋਂ ਇਹ ਤੇ ਦੱਸੋ? ਇਹ ਰਿਸ਼ਤੇਦਾਰਾਂ ਦੇ ਵੀ ਆਇਆ। ਇਹ ਰਿਸ਼ਤੇਦਾਰਾਂ ਨੇ ਸਾਨੂੰ ਗਿਫਟ ਭੇਜਿਆ, ਗਿਫਟ ਭੇਜਿਆ ਸੀ ਉਹਨਾਂ ਨੂੰ, ਗਿਫਟ ਭੇਜਿਆ ਤੇ ਸਾਨੂੰ ਗਾਂ ਦੀ ਗਾਂ ਮਿਲ ਗਾਂ, ਸਾਨੂੰ ਕਹਿਣ ਗਿਫਟ ਦੇਤਾ, ਸਾਨੂੰ ਗਿਫਟ ਦੇਤਾ। ਉਹਨਾਂ ਕਿ ਤੁਸੀਂ ਘਰ ਦੋ ਚੱਲ ਵੀ ਮੇਰੇ ਜੋਗਰਾ ਦੇ ਦੇ ਜੇ ਖਾਣ ਨੂੰ, ਮੈਂ ਤੂੰ ਤਾਂ ਵਾਵਾ ਮੰਗੇਗਿਆਂ ਦੀ ਵਾਵਾ ਹੀ ਮੰਗਣਾ। ਫਿਰ ਮੈਂ ਜਿਨ੍ਹਾਂ ਨੇ ਸਾਗ ਸਾਨੂੰ ਦਿੱਤਾ ਨਾ, ਉਹ ਕਹਿੰਦੇ ਜਦੋਂ ਸਾਗ ਸੁਗ ਬਣ ਗਿਆ ਸਾਨੂੰ ਉਹਦੇ ਜੋ ਦੇ ਦਿਓ, ਹੋਰ ਨਾ ਬੇਬੇ ਅੱਧੇ ਤੋਂ ਵੱਧ ਲੈ ਜਾਣ। ਫਿਰ ਮੈਂ ਤਾਂ ਆਖਿਆ ਮੈਨੂੰ ਆਹ ਨਹੀਂ ਆਖਿਆ ਮੇਰੇ ਜੋਗਰਾ ਦੇ ਦੇ, ਮੈਂ ਤੂੰ ਤਾਂ ਕੌਲਾ ਮੰਗੇਗੀ। ਹਾਂ ਫਿਰ ਮੈਂ ਕੌਲਾ ਮੰਗੂ ਜੇ ਤੂੰ ਬਾਹਰ ਦੇ ਤਾਂ, ਮੈਂ ਤੂੰ ਆਪ ਧਰ ਲਾ ਫਿਰ। ਗੱਲ ਠੀਕ ਆ, ਸਾਗ ਲਿਆਉਣਾ ਵੀ ਬੜਾ ਸੌਖਾ, ਤੋੜਨਾ ਵੀ ਬੜਾ ਸੌਖਾ, ਬਣਾਉਣਾ ਸਾਰਾ ਦਿਨ ਲੱਗ ਜਾਂਦਾ, ਇੱਕ ਦਿਨ ਬੇਬੇ ਲੈ ਜਾਂਦੀ ਦਿਹਾੜੀ। ਅੱਗੇ ਤੇ ਕਹਿੰਦੇ ਹੁੰਦੇ ਸਰਸੋਂ ਦਾ ਸਾਗ, ਇਹਨੂੰ ਕੀ ਕਹੀਏ? ਕਿਹੜਾ ਸਾਗ ਬੇਬੇ? ਚੜਾਈ ਦਾ ਸਾਗ, ਨਾਲੇ ਆਪਾਂ ਬਣਾਉਣੀ ਮੱਕੀ ਦੀ ਰੋਟੀ। ਬੇਬੇ ਮੱਕੀ ਦੀਆਂ ਰੋਟੀਆਂ ਬਣਾਉਣੀਆਂ ਜੇ ਨਾਲ ਆਪਾਂ, ਠੀਕ ਆ। ਆਹ ਸਾਗ ਦੇ ਨਾਲ ਮੱਕੀ ਦੀਆਂ ਰੋਟੀਆਂ। ਲਓ ਵੀ ਆਹ ਆ ਗਿਆ ਜੀ ਆਪਣਾ ਚੁੱਲ੍ਹਾ, ਇਹ ਤੇ ਬਣਾਵਾਂ ਕਿਉਂਕਿ ਉਧਰ ਧੁੱਪ ਆ ਗਈ ਜੇ, ਕਿਉਂ ਬੇਬੇ? ਆ ਜੀ ਆ ਚੀਜ਼ ਵਧੀਆ ਬੇਬੇ, ਜਿੱਥੇ ਮਰਜ਼ੀ ਚੌਕੇ ਚੁੱਲ੍ਹੇ ਰੱਖ ਲਓ। ਆ ਮੰਮੀ ਇੰਨਾ ਬਾਲਣ ਕਾਹਦੇ ਲਈ ਲੈ ਕੇ ਆਉਣਾ ਸੀ, ਇਹ ਤੇ ਮੁੱਕਣਾ ਹੀ ਨਹੀਂ ਸਾਰਾ ਦਿਨ। ਤੇ ਆਗਤ ਮਚਾਉਣੀ ਫੇਰ ਹੀ ਲੈ ਕੇ ਆਉਂਗੀ? ਦੋ ਦੋ ਡੰਡੇ ਲੈ ਆ ਤੇ ਸਾਗ ਤੁਸੀਂ ਬਣਾ, ਸਾਰਾ ਸਮਾਨ ਇਕੱਠਾ ਕਰਦੀ ਆ ਤੂੰ ਸਾਗ ਤੁਸੀਂ, ਤੂੰ ਤਾਂ ਆਖਦਾ ਨਾ ਕਿਹੜਾ ਇਕੱਠਾ ਜੁਗਾ। ਚਿੜੀ ਜਦੋਂ ਆਣ ਨਾ ਪਾਉਂਦੀ, ਕਦੇ ਕੱਖ ਲੈ ਗਈ, ਕਦੇ ਧਾਗਾ ਲੈ ਗਈ, ਕਦੇ ਮੰਮੀ ਚਿੜੀ ਥੋੜੀ ਆ 10 ਸਾਲ ਨਾ ਪਾਉਂਦੀ ਮੰਮੀ, ਆ ਗਡਾਉਣੀ ਆ। ਲਓ ਵੀ ਇੱਧਰ ਹੋ ਗਿਆ ਜੀ, ਚੀਰੋ ਚੀਰੋ ਦਿਖਾ ਦਈਏ। ਐਦਾਂ ਸਾਡੀ ਆਈ ਇਹਨੂੰ, ਇਹ ਮਸ਼ੀਨ ਫਿੱਟ ਕਰ ਲੈਣੇ ਹੁੰਦੇ ਅਸੀਂ ਆਪਦੀ, ਅਸੀਂ ਅਸੀਂ ਪਖੰਡ ਜਿਹਾ ਨਹੀਂ ਕਦੇ ਕੀਤਾ ਗਏ, ਅਸੀਂ ਤਾਂ ਦਾਦ ਨੂੰ ਚੀਰ ਚੂਰ ਲੈਂਦੇ ਹੁੰਦੇ ਹਾਂ। ਬਿਲਕੁਲ ਲੈ ਵੀ ਬੇਬੇ, ਚੱਕ ਦੇ ਕੰਮ ਨੂੰ ਤੇ ਧਿਆਨ ਨਾਲ ਹੱਥ ਹੁੱਥ ਤੇ ਨਾ ਮਰਾਬ ਨੂੰ ਲਿਓ, ਇਹ ਤਾਂ ਐਦਾਂ ਹੀ ਨਹੀਂ ਹੈ।
हरेक ब्लॉग यही कोशिश होंगी की जेडे अपने वीर भैन भरा बहर बैठे आहर बैठने एह जी चीजा साग हो गया चटनी हो गए एहो जिहा जिवें पूड़े पाड़े बनाउंदे हना एहो जिहा चीजां नूं बड़ा मिस करदे आ ते मैनूं हुंदा कि ओह वीरा भैणा भरावां नूं किसे तरां दी कमी ना महसूस होवे कि एक घर दा माहौल ही लगे आपणे जिहड़े व्लॉगां विच सो तां करके साडी कोशिश हुंदी आ कि एहो जिहा चीजां बनाउंदे रहीए ते तुहानूं वी महसूस ना होवे कि असीं किते दूर बैठे आ कि तुहानूं लगे कि असीं आपदे घरे ही बैठे आ ते घरे ही साडे आह चीजां बनदियां पईआं जी ਕਿਉਂ ਬੇਬੇ ਹੋਰ ਹਲੇ ਸਾਥੀ ਗਵਾਂਢੀਆਂ ਨੂੰ ਵੀ ਦੇਣਾ ਅਜੇ ਗਵਾਂਢੀਆਂ ਨੂੰ ਮਾੜਾ ਮੋਟਾ ਦੇਵਾਂਗਾ ਵੀ ਜਿੰਨਾ ਚਿੱਤ ਕੀਤਾ ਉਹਨਾਂ ਹੀ ਦੇਵਾਂਗੇ ਲਓ ਵੀ ਅੱਗ ਦਾ ਅਰੇਂਜਮੈਂਟ ਹੋ ਗਿਆ ਜੇ ਮੈਨੂੰ ਲੱਗਦਾ ਉਹਨੇ ਟਾਈਮ ਨੂੰ ਅੱਗ ਬਹੁਤ ਜਾਣੀ ਜਿੰਨੇ ਟਾਈਮ ਨੂੰ ਆਪਾਂ ਚੀਰ ਚੂਰ ਕੇ ਪਤੀਲੀ ਧਰਨੀ ਹਣਾ ਬੇਬੇ ਮੈਂ ਵੀ ਸਹਿਜ ਪੱਕੇ ਦਾ ਮਿੱਠਾ ਹੋ ਮੱਕੀ ਦੀ ਰੋਟੀ ਉੱਤੇ ਸਾਗ ਕਰਾਂਗੇ ਲੈਲਾ ਲੰਬਰਦਾਰੀ ਆਪਾਂ ਰਾਜੀ ਕਰਾਂਗੇ राज करांगे वाह जी वाह क्या बात है क्या बात है हुण बेबे ओ सुनाई नाल दी नाल उल्टी बोली किवें बेबे मक्की दी रोटी उत्ते साग करांगे छड़ दे लंबरदारी आपां भूखे मरांगे बेबे हां ओ ना बताओ किनू जेड़ा कारोबार चलांदा सी ओ ना मम्मी उधर चुले से अग लागे चले गए आप पता नहीं किधर भज गए बेबे एक गल हैगी आ जेड़ा साग खाऊगा वो भी पछताऊगा जेड़ा ना खाऊ वो भी पछताऊगा जेड़ा खान वाला ता पछताऊगा ओने स्वाद स्वाद दे चक्कर च बाला खा लेना बाद ओने तंग करना जेड़ा दूजा ओनु परेशानी रहनी भी मैं भी खा लेंदा तो चंगा ही रहंदा सही मम्मी उधर शहर चली गई आ शहर चली के मिट्टी कड़ा लब दे की करनी छोलियां दी दाल पा दी है इन्नी लालो साल है अग जा पानी उबल गया वा आप उधर लो भी मित्रो पानी का छिट्टा दिता हुण थले गई है पा दिए चलो भी पा दो वाहेगुरु बेबे साग इना ते जो बन बुन गया ना थोड़ा जा ही रह जाना जो लो भी मेहनत ला दी साग च वाकई होर सब्जियां आपदी थां साग आपदी थां वाकई बनाउण लगे चौकीदार खड़ा देवे इक बेबे जे मिर्चां वध पै गईआं ना आपां नहीं साग खाणा मैं किन्नियां मिर्चा पा देन लगे आ एक दो तीन चार पांच छे सात अठ नौ दस ग्यारह बारह तेरह चौदह पंद्रह सोलह सतारह अठारह उन्नी मिर्चा आ उन्नी मिर्चा पा दियां विच बेबे एक बारी सारे नूं दसो कि साग विच आपां की पाउणा आ साग दे विच नूण हां मिर्चा हां ते बस होर कुछ नहीं छोलें दाल पाई आ ते लसण गंढा ते तड़का लाउणा अच्छा लसन गंडे का तड़का लाना बाकी मसाले मसूले आप उधर पा दे कली दाल ही पाई है छोलिया की होर कोई चीज तो नहीं ऐड करनी बस होर आप लसन ते गंडे का तड़का ला लेना थोड़े सामने पहला पानी पाया फिर छोलिया की दाल सी ना फिर आप पाया साग फिर पाइया मिर्चा आ गया चिट्टा नूण मिर्चा जे बालियां पै गईआं ना पौड़ियां भी बहुत आ मिर्चा मैं तो मान जो
तड़का बना रहे बेबे मैं अगे भी कहना डैडी जी चलो राम एक बंदे दी कमी जी महसूस लगदी मैनूं ते चलो कोई नहीं पूरी हो जाऊ समय सवेरे नूं तुसीं करदे नी की करां रब्बा दोवे जने औखे होई जांदे नी कोई बंदा आ के इन्हां दी हैल्प करा देवे तुसीं चाहुंदे नी कि कोई बंदा आवे कोले तुहाडी हैल्प करावे कहे लियाओ मम्मा गन्ने मैं चीरदी आं तुसीं ओह कर लो ओह कर लो हुण तां जमाना इहो जा गया उहने कहणा मम्मा गर्मी च नहीं बैठा जांदा असीं अंदर बैठने आं ते तुसीं सब्जी सूजी बना के नहीं ते जदों रोटी बण गई ते सानूं दस दिया जे ते असीं खा लांगे उठ के आप वाह जी वाह पहला इहनूं हिलावांगे मेरे वीरो चंगी तरां ते लसण पावांगे इन्ना इह किन्नियां इक डंडियां के किन्ने इक गंडा आ जिन्ना टाइम ज्यादा रिझी जाऊगा उन्ना ही ज्यादा स्वाद बनूगा पानी नाले अगे पाया ते हैगा होर कद पाई जाने अच्छा रिझी आंदा जिन्ना ज्यादा रिझूगा ਉਨਾ ਹੀ ਘੈਂਟ ਬਣੂ ਬੇਬੇ ਚਾਹ ਹੀ ਕਿਵੇਂ ਚਾਹ ਮੇਰੀ ਰਿਜ ਰਿਜ ਕਮਲੀ ਹੋਈ ਹਨਾ ਉਵੇਂ ਸਾਗ ਨੇ ਵੀ ਰਿਜ ਰਿਜ ਕਮਲਾ ਹੋ ਜਾਣਾ ਇਹਨੇ ਕਮਲਾ ਹੋ ਗਏ ਸਵਾਦ ਬਣਨਾ ਯਾਰ ਆਇਆ ਪਾ ਐ ਬੇਬੇ ਲੋਕੇਸ਼ਨ ਚੇਂਜ ਕਰਤੀ ਇਧਰ ਆ ਗਏ ਹੁਣ ਉਧਰ ਯਾਰ ਗਰਮੀ ਬੜੀ ਤੇ ਤੁਹਾਨੂੰ ਦੱਸ ਦਈਏ ਸਾਗ ਬਣ ਨੂੰ ਟਾਈਮ ਬੜਾ ਲੱਗ ਬੇਬੇ ਸਵੇਰ ਕਿੰਨੇ ਵਜੇ ਧਰਿਆ ਸੀ ਆਪਾਂ 9-10 ਵਜੇ ਨਾ 9 ਵਜੇ ਹੋਣੇ ਤੇ ਹੁਣ ਕਿੰਨਾ ਟਾਈਮ ਹੋ ਗਿਆ मित्रो एक बार इधर साग चेक करो मूह जो पानी आया ना तुहाडे मूह जो मेरे वीरो केड़ा आटा हुंदा अच्छा मक्की दा आटा विच पाईदा इहदे नाल की हो जांदा बेबे बेबे बड़ा घेंट बने गर्मियां च साग मेरे वीरे ओ केड़ा साग सी बेबे तड़का त्यार बर त्यार वाह जी वाह उधरों गर्मी बड़ी हो गई पई साडे रिश्तेदार आए पुछी जांदे किहड़ा साग बनाया बेबे दस्सिया करो सारे नूं गर्मी वाला साग चलो हो गया जी त्यार वाह जी वाह क्या बात है बेबे सिरा हो गया जिन्हू कहते हैं बेबे पाया तो आप थोड़ा को जी पर बनाने ते बाला टाइम लग जाता इधर तड़का तैयार हो रहा तड़के च आप पाए एक प्याज पाया एक लसन पाया ते होर जीरा मेथी पानी है वाह जी वाह मेथी फरोई पर भी नाल ही पा देना है जीरे दे कैसे मक्की दी रोटी दे नाल साग जेड़ा वेख के तुहाडे मूंह च पानी आउणा ही आउणा जो मर्जी हो जाए तुसीं कहणा हरमन साडे वास्ते साग बचा के रख लिया असीं कौली लैके आ गए तुहाडे घरे पा दो करां दी मेथी पा दो तड़के च पता लगेगी कुछ प्याज मित्रो तड़का हो गया जी रेडी पा देना सारा साग विच मामा तेल जा कढ लो के सारा विच पाओ हुण सरों दा तेल ही है लो जी सरों दा वाह जी वाह
ਰਫੈਂਡ ਨਾਲੋਂ ਤਾਂ ਕਈ ਗੁਣਾ ਵਧੀਆ ਬੇਬੇ ਸਰੋਂ ਦਾ ਤੇਲ ਵਾਹ ਜੀ ਵਾਹ ਵਾਹ ਜੀ ਪਰਾਂ ਕਰ ਲੋ ਕਰਾਂ ਦੀ ਦਿਖਾ ਦੋ ਤੜਕਾ ਮਿਕਸ ਕਰ ਦੋ ਕੀ ਬਾਤਾਂ ਹੋ ਗਈਆਂ ਨਾ ਵੇਖ ਲੈ ਕਿੰਨਾ ਸੀ ਸਾਗ ਲੱਗਦਾ ਆ ਪਹਿਲਾਂ ਉਹ ਫੁੱਲ ਭਰੀ ਤੇ ਕਿੰਨਾ ਰਹਿ ਗਿਆ ਕਿੰਨੇ ਘੰਟੇ ਲੱਗਣ ਨੂੰ ਲਾਇਓ ਸਾਗ ਤਾਂ 10 ਵਜੇ ਤੇ ਲੱਗੇ 2 ਤੇ 5 6 6 ਘੰਟੇ ਲੱਗ ਗਏ ਚੱਲੇ 7 ਘੰਟੇ ਲੱਗ ਗਏ ਆ 6-7 ਘੰਟੇ ਲੱਗ ਜਾਂਦੇ ਬੜੀ ਮਿਹਨਤ ਜੀ ਇਹਦੇ ਪਿੱਛੇ ਬਹੁਤ ਮਿਹਨਤ ਆ ਜੀ ਬਹੁਤ ਮਿਹਨਤ ਸਾਗ ਚੈੱਕ ਕਰੋ ਬੇਬੇ ਅੱਜ ਕੌਣ ਆਇਆ ਘਰੇ ਪਿੰਦਰ ਜੀ ਜਾਂਦਾ ਸਾਡੇ ਭਤੀਜੇ ਆਈ ਮੋਗੇ ਵਾਲੀ पता लगे बेस पई जे आप दस दिए मैट मुटिंग मैटिंग जेडी भी आप करा ही आप करा के लाके गए ही लो भी मित्रो ब्रिज स्टोन फिरोजपुर शहर रोड दे जावन नाल ही आ जिहड़ा फ्लाईओवर आ जावन नाल जो सारा काम गड्डी दा आपां डेंटिंग पेंटिंग इन्हां ते कराईए कराओगे ते डोंग डोंग है करो गाला पवाओगे मैनू नहीं टाल दे तुसीं लो वी मित्रो लाता जी अलपाइन दा कराता जी सिरा वीरे सारे भरावां दा योगदान जी सारिआं ने हत्थ पल्ला मारिआ जी मां आवाज जी सैट आई अपनी हुण डोंग डोंग कराया करनी आ स्पीकर स्पूकर जेडे अलपाइन हो गया किकर कुकर सारा कुछ ही पिया बस गड्डी दी यस करा के भेजणगे मित्रो इत्थे सारा एड्रेस दस्सिआ होया फिरोजपुर कैंट विखे वीरे होणां दी शॉप आ ते आ नंबर भी नीचे मैंशन आ कोई भी गलबात करनी आ मक्की दी रोटियां तैयार हो रही मेरे वीरे डॉलर ने मारी एंट्री बेबे मौसम खराब होया पिया वाह जी वाह बदल होए पे यार वाहिगुरु जी बस थोड़ा टाइम दो अहीं रिया बना लगे बिलकुल बेबे लो भी मक्की दियां रोटियां दे नाल वाह जी वाह बेबे एक गल दसा तुहाडा पता नहीं पर मेरे मुंह जे हुणे वेख के पानी आई जांदा मक्की दियां रोटियां दे नाल साग बेबे सर्दियां वाली फीलिंग आ रही है ते उत्तों मौसम ही बड़ा घेंट होया पिया पर रोमांटिक मौसम है लो भी इधर मेरे वीरे चटनी तैयार हो रही आ ते इधर साग जे ते इधर मक्की दी रोटी ते कहिंदे सिरा हो जाणा अज वाह जी वाह क्या बातां होईआं पईआं जी बेबे 10 out of 10 कंग्रेचुलेशंस हैं केड़ा लेजन लुधियाना स्टेशन आ फड़ो कंग्रेचुलेशन यस लो भी कहिंदे शेफ बड़ी दूरों सद्दे जे ते बेबे ओदे नाल नहीं करदे चकले नाल ओदे नाल नहीं पकदे हुंदियां अच्छा वेलने नाल नहीं हाथों के साथ लो भी इधर मक्की दी रोटी तैयार हो रही है बेबे ਸੌਣ ਲੱਗੇ ਮੂੰਹ ਚ ਪਾਣੀ ਆਈ ਜਾਂਦਾ ਮੇਰੇ ਜਲਦੀ ਜਲਦੀ ਪਕਾ ਕੇ ਪਹਿਲੇ ਤੇਰੀ ਆ ਦੇ ਦੋ ਕਰਾਂ ਦੀ ਸਾਗ ਵਾਹ ਜੀ ਵਾਹ ਰਾਇਤਾ ਤਿਆਰ ਹੋ ਰਿਹਾ ਮਮਾ ਇੱਧਰ ਰਾਇਤਾ ਕੱਦੂ ਦਾ ਰਾਇਤਾ ਜੋ ਕਿ ਮੈਂ ਬਿਲਕੁਲ ਨਹੀਂ ਖਾਂਦਾ ਮੈਂ ਫੁੱਟੀਆਂ ਵਾਲਾ ਦੇ ਖਾਣਾ ਨਾ ਇਹ ਤੁਸੀਂ ਖਾਇਓ ਅਸੀਂ ਰੋਜ਼ ਹੀ ਖਾਣੇ ਸਾਨੂੰ ਸਾਰਿਆਂ ਨੂੰ ਬਹੁਤ ਸਵਾਦ ਲੱਗਦਾ ਵਾਹ ਜੀ ਵਾਹ ਪੂਰੇ ਮੰਮੀ ਅੱਜ ਤੇ ਮੈਨੂੰ ਇਦਾਂ ਲੱਗੀ ਜਾਂਦਾ ਕਿ ਬੇਬੇ ਜਿਵੇਂ ਰੈਸਟੋਰੈਂਟ ਚ ਪਹੁੰਚ ਚੁੱਕੇ ਆਂ ਤੇ ਉੱਥੇ ਮੱਕੀ ਦੀਆਂ ਰੋਟੀਆਂ ਦੇ ਨਾਲ ਸਾਗ ਤੇ ਨਾਲ ਚਟਨੀ ਕੈਂਡ ਚੀਜ਼ ਹੋਣ ਲੱਗੀ ਲਓ ਵੀ ਸਾਗ ਕੱਚੀ ਹੈ ਰੋਟੀ ਉੱਤੇ ਨਾ ਪਾਲੀ ਕੇ ਸਾਗ ਰੰਨ ਲੈਣ ਦੇ ਮਾੜੀ ਮੈਂ ਮੇਰਾ ਦਿਲ ਕਰੀ ਜਾਂਦਾ ਕਿ ਹੁਣੇ ਉੱਪਰ ਸਾਗ ਪਾ ਕੇ ਦੇ ਖਾ ਲਓ ਵੀ ਰੋਟੀ ਤਿਆਰ ਪਰ ਤਿਆਰ ਬੇਬੇ ਲਓ ਵੀ ਬੇਬੇ ਇਹਦਾ ਕਹਿਣਾ ਜਦੋਂ ਆਪਾਂ ਮੱਕੀ ਦੀ ਰੋਟੀ ਬਣਾਉਣੇ ਆ ਤੇ ਵੇਲ ਦੇ ਨਾਲ ਨਹੀਂ ਬਣਾਉਣੀ ਨਹੀਂ ਹੱਥ ਨਾਲ ਸੋਹਣੀ ਪੱਕਦੀ ਆ ਹੱਥ ਨਾਲ ਹੀ ਬਣਾਉਣੀ ਆ ਬੇਬੇ ਨੇ ਹੱਥ ਨਾਲ ਹੀ ਬਣਾਈ ਆ ਉਹਦੇ ਨਾਲ ਨਹੀਂ ਕੀਤੀ ਉਹ ਕਰ ਦਿੰਦੇ ਆ ਵੇਲਣੇ ਨਾਲ ਯੈਸ ਪਾ ਦੋ ਕਿਉਂ ਕਿਉਂ ਚੱਕਿਓ ਮੱਖਣੀ ਸਾਗ ਚਟਨੀ ਵਾਹ ਜੀ ਵਾਹ ਉਹ ਗੱਲ ਬਣ ਗਈ ਮੈਂ ਕਿਵੇਂ ਮੋਰਾਂ ਨੂੰ ਪਹਿਣ ਚੋਰ ਤੇ ਚੋਰਾਂ ਨੂੰ ਪਾਉਣ ਕਿ ਜਾਈ ਉਹ ਗੱਲ ਮੈਂ ਤਾਂ ਰੋਟੀ ਤੇ ਪਜਾਨੀ ਉਸ ਨੇ ਜਾਣ ਕੇ ਜੀਰਾ ਮੋਗਾ ਜੀ ਜੀਰਾ ਮੋਗਾ ਸਰ ਨਹੀਂ ਚ ਪਾਉਣਾ ਬੇਬੇ ਭੁੱਲ ਕੇ ਇਧਰ ਆ ਵਾਹ ਜੀ ਵਾਹ ਸਿਰਾ ਹੀ ਕਰਾਉਂਦੇ ਸ਼ੈਫ ਚੜਦੇ ਤੋਂ ਚੜਦੇ ਆ ਸਾਡੇ ਘਰੇ ਮੱਕੀ ਦੀ ਰੋਟੀ ਹੋਵੇ ਵਾਹ ਜੀ ਵਾਹ ਛੋਲਿਆਂ ਦਾ ਸਾਗ ਹੋਵੇ ਹਾਂ ਲੱਸੀ ਦਾ ਛੰਨਾ ਹੋਵੇ ਮੱਖਣ ਦਾ ਲਾਗ ਹੋਵੇ ਵਾਹ ਜੀ ਵਾਹ ਸਾਰਾ ਕੁਝ ਕੋਲੇ ਪਿਆ ਬਾ ਲੱਸੀ ਦੀ ਕਮੀ ਹੈ ਕਿਉਂਕਿ ਮੱਝ ਸਾਡੀ ਐਕੀ ਮਿਲਦੀ ਆ ਦੁੱਧ ਨਾ ਹੁੰਦਾ ਹੀ ਕੀ ਕਰੀਏ ਤੂੰ ਵੀ
बस ओही लो भी मक्की दी रोटी आ नाल मक्खणी आ ते नाल साग जी ते नाल हैगा जी चटनी आयो रब्बा तेरो मक्की दी रोटी होवे नाल होवे साग नाल होवे दही नाल होवे शक्कर ते नाल होवे चटनी ते कहिंदे सिरा फिर क्यों ना होवे आजो भी जिन्हें जिन्हें खानी आ सिरा होया पिया मेरे मुंह ते पानी आई जांदा अपने तो बेबे कंट्रोल नहीं हो रहा बेबे ये वेखन जी इन्ना स्वादिष्ट ते एडा सोहना लगी आंदा ते खा के ते फिर जय जयकार हो जानी है आजो मित्रों साड़ी जिंदगी है ठा फलीए पहला उदन तीन जने बैठे बेबे मंजा टुट गया है ना ते होर ता ये डर साग दस किदा बनया साग बहुत स्वाद बहुत मेनू ते आई बेबे ने किते मिर्चा वद पा दियां डैडी जी घेंट बनया है ना बहुत वधिया बनया मैं आता ते मिर्चा नहीं ज्यादा तुसी आंदे ज्यादा होनियां 19 मिर्चा पाईयां है बेबे 19 मिर्चा मित्रों आ जेडी चीज है ना गर्मी वाला साग सर्दी वाला साग ते तुसी सारे ने खादा ही होना गर्मी वाला साग ता मेनू ना भुल जांदा की ना ही एक वेरदा सी ते एक चराई दा सी हां ए जेड़ा साग जरूर मेहनत तो चलो लगती बहुत पर खान च इना क स्वाद आना क टेस्टी सी ना सारा कुछ मेहनत तो खाने भी लगती है दंद घसाने पेंदे जे मित्रों व्लॉग वधिया लगा वादू सारे कमेंट कर दिया करो वीडियो नू लाइक भी कर दिया करो नवे नवे व्लॉग देखने लई साडे चैनल नू सबसक्राइब भी कर लिया करो सो थैंक यू सो मच लव यू टू 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 टू